इस वक्त असी मौजूद हाँ गुरद्वारा साहिब के बाहर मौजूद दुकाना उत्ते ते जिथे के सिख कौम के पंज ककारां तो लैके होर भी काफ़ी तरह का धार्मिक समान मिलता है। आ हुण इस दुकान के ओनर नाल गलबात करते हैं तो जानते हैं कि इतों की कुछ मिलता है तो किन्ने संगतां इत्थे आउंदियां ने। सत श्री अकाल जी। सत श्री अकाल जी। तां तुहाडा नाम? मेरा नाम करमजोत सिंह जी। जी सर, तुसीं इह दुकान कदों तो चला रहे हो? 2 साल हो गए जी। इत्थे किहड़ी किहड़ा समान जिहड़ा लोक खरीद के लैके जा सकदे ने? पंज ककार जी, बाकी फोटो गुटका साहिब ते होर सिखी समान। ठीक है। जिदा मैं बाहर पढ़िया सी कि रुमाला साहिब वगैरह या होर भी इत्थे बहुत समान वधिया मिलता है ना। मैं इत्थे जो दुकान के बाहर देखा तो इत्थे किरपाना लगिया हुई सी, है ना। किरपाना की जिहड़ी सजावट है बहुत सोहनी की हुई सी, ते ओ तुसी जिहड़ा सारा माल है कित्थों लैके आउंदे हो? किरपाना श्री अमृतसर साहब तो आउंदियां जी। ठीक है। ते उहनां दी जिहड़ी डेकोरेशन हुंदी है ओह कौन करदे ने? ਉਹੀ ਕਰਕੇ ਭੇਜਦੇ ਹਾਂ ਜੀ। ਅੱਛਾ, ਗੱਤਕੇ ਦਾ ਸਮਾਨ ਵੀ ਇੱਥੋਂ ਲੋਕ ਲੈ ਕੇ ਜਾਂਦੇ ਨੇ? ਹਾਂਜੀ। ਗੱਤਕੇ ਦਾ ਕੀ ਸਮਾਨ ਤੁਸੀਂ ਇੱਥੇ ਵੇਚਦੇ ਹੋ? ਗੱਤਕੇ ਦਾ ਚੱਕਰ ਹੁੰਦੇ ਆ ਜੀ, ਕਿਰਪਾਨਾਂ ਹੁੰਦੀਆਂ, ਹੋਰ ਸੋਟੀ ਹੋ ਗਈ ਜੀ, ਬਾਕੀ ਢਾਲ ਹੋ ਗਈ ਬਸ ਜੀ। ਕਿਹੜੇ ਕਿਹੜੇ ਮੌਕਿਆਂ 'ਤੇ ਜਿਹੜਾ ਇੱਥੇ ਜ਼ਿਆਦਾ ਸੰਗਤਾਂ ਆਉਂਦੀਆਂ ਨੇ, ਸ਼ਰਧਾਲੂ ਆਉਂਦੇ ਨੇ, ਰਸ਼ ਹੁੰਦਾ? ਇੱਕ ਪੰਚਮੀ ਹੋ ਗਈ ਜੀ, ਬਾਕੀ ਗੁਰਪੁਰਬ, ਸੰਗਰਾਂਦ, ਮੱਸਿਆ ਅਤੇ ਹੋਰ ਵਿਸਾਖੀ ਵੇਲੇ ਸੰਗਤ ਆਉਂਦੀ ਹੈ ਜੀ। ਠੀਕ ਹੈ। ਅਤੇ ਕਿੰਨੀ ਸੰਗਤ ਤੁਹਾਡੇ ਅਕੋਰਡਿੰਗਲੀ ਆ ਜਾਂਦੀ ਹੈ ਇੱਥੇ? ਲੱਖਾਂ ਦੁਨੀਆ ਤਾਂ ਹੁੰਦੀ ਹੈ ਜੀ। ਸੁਰਜੀਤ ਜੀ, ਤੁਸੀਂ ਇਹ ਦੁਕਾਨ ਕਿੰਨੇ ਟਾਈਮ ਤੋਂ ਚਲਾ ਰਹੇ ਹੋ? ਇਹ ਸਾਡੇ ਫਾਦਰ ਸਾਹਿਬ ਕਰ ਰਹੇ ਸੀ ਜੀ, 20 ਸਾਲ ਤੋਂ ਪੁਰਾਣੀ ਦੁਕਾਨ ਆ ਸਾਡੀ ਇਹ ਲਈ। ਮਤਲਬ ਸਾਡਾ ਮੇਨ ਕੰਮ ਹੈ ਫੋਟੋਆਂ ਦਾ, ਧਾਰਮਿਕ ਕੰਮ ਹੈ। ਮਤਲਬ ਦਰਬਾਰ ਸਾਹਿਬ ਵਗੈਰਾ ਦੀਆਂ ਸਾਰੀਆਂ ਸੀਨਰੀਆਂ ਵਗੈਰਾ ਅਸੀਂ ਇੱਥੇ ਖੁਦ ਬਣਾਉਂਦੇ ਹਾਂ। ਠੀਕ ਹੈ। ਅਤੇ ਜਿਹੜਾ ਤੁਸੀਂ ਇਹ ਸਮਾਨ ਜਿਹੜਾ ਖੁਦ ਬਣਾਉਂਦੇ ਹੋ ਤੁਸੀਂ ਸੀਨਰੀਆਂ ਵਗੈਰਾ, ਹੈ ਨਾ, ਅਤੇ ਫਿਰ ਉਹਦਾ ਡਿਜ਼ਾਈਨ ਵਗੈਰਾ ਤੁਸੀਂ ਸਾਰਾ ਕਿਵੇਂ ਕਰਦੇ ਹੋ? ਅਸੀਂ ਡਿਜ਼ਾਇਨਿੰਗ ਅਸੀਂ ਆਪਣੀ ਕੰਪਿਊਟਰ ਡਿਜ਼ਾਇਨਿੰਗ ਅਸੀਂ ਆਪਣੀ ਕੱਢਦੇ ਹਾਂ। ਹਾਂਜੀ। ਬਾਕੀ ਸਾਰਾ ਮੇਨ ਫਰੇਮਿੰਗ ਦਾ ਕੰਮ ਹੈ ਸਾਡਾ, ਅਤੇ ਬਾਹਰ ਵੀ ਜਾਂਦਾ ਸਾਡਾ ਇਸ ਤਰ੍ਹਾਂ ਜਿਵੇਂ ਕੋਈ ਟੂਰਿਸਟ ਪਲੇਸ 'ਤੇ ਆਉਂਦੇ ਆ, ਆਸਟ੍ਰੇਲੀਆ ਵਗੈਰਾ ਲੈ ਕੇ ਜਾਂਦੇ ਆ ਜਿਹੜੇ, ਉੱਥੇ ਵਗੈਰਾ ਰੈਸਟੋਰੈਂਟ ਵਗੈਰਾ, ਉੱਥੇ ਪੰਜਾਬੀ ਕਲਚਰ ਵਗੈਰਾ ਸਾਰੀਆਂ ਸੀਨਰੀਆਂ, ਸਾਰਾ ਮਾਲ ਇੱਧਰੋਂ ਹੀ ਜਾਂਦਾ ਹੈ। ਅਤੇ ਜਿਹੜਾ ਤੁਸੀਂ ਵੈਸੇ ਤਾਂ ਤੁਸੀਂ ਧਾਰਮਿਕ ਸਮਾਨ ਜ਼ਿਆਦਾ ਮੈਂ ਦੇਖਿਆ ਬਣਾਉਂਦੇ ਹੋ, ਹੈ ਨਾ, ਵੈਸੇ ਤੁਸੀਂ ਕਲਚਰ ਦਾ ਵੀ ਦੱਸਿਆ ਕਿ ਕਲਚਰਲ ਵੀ ਕਾਫੀ ਚੀਜ਼ਾਂ, ਉਹਦੇ ਵਿੱਚ ਕੀ ਕੁਛ ਬਣਾਉਂਦੇ ਹੋ ਤੁਸੀਂ? ਉਹਦੇ ਵਿੱਚ ਜੀ ਪੰਜਾਬੀ ਕਲਚਰ ਦੀਆਂ ਸੀਨਰੀ ਹੋ ਗਈ ਜੀ, ਭੰਗੜੇ ਸੈੱਟ ਹੋ ਗਏ ਵਗੈਰਾ, ਇਸ ਟਾਈਪ ਦੀਆਂ ਚੀਜ਼ਾਂ ਜਿਹੜੀ ਜਿਸ ਤਰ੍ਹਾਂ ਦੀਆਂ ਸੀਨਰੀਆਂ ਹੋ ਗਈਆਂ ਇਸ ਟਾਈਪ ਦੀਆਂ। ਮਤਲਬ ਉਹ ਭੰਗੜੇ ਜਾਂ ਗਿੱਧਾ ਜਾਂ ਭੰਗੜਾ ਪਾਉਂਦੀਆਂ ਮੁਟਿਆਰਾਂ ਦੇ ਸਟੈਚੂ ਵਗੈਰਾ, ਹੈ ਨਾ? ਸਟੈਚੂ ਵਗੈਰਾ। ਠੀਕ ਹੈ ਜੀ। ਅਤੇ ਤੁਸੀਂ ਹੋਰ ਇਸ ਤੋਂ ਇਲਾਵਾ, ਸੀਨਰੀਆਂ ਤੋਂ ਇਲਾਵਾ ਹੋਰ ਕਿਹੜਾ ਸਮਾਨ ਜਿਹੜਾ ਤਿਆਰ ਕਰਦੇ ਹੋ? ਜਿੱਦਾਂ ਅਸੀਂ ਪੰਜ ਕਕਾਰਾਂ ਦੀ ਗੱਲ ਕਰਦੇ ਹਾਂ, ਰੁਮਾਲਿਆਂ ਦੀ ਗੱਲ ਕਰਦੇ ਹਾਂ, ਉਹਨੇ ਦਾ ਕੁਛ ਸਮਾਨ? ਸਾਰਾ ਰੈਡੀਮੇਡ ਆਉਂਦਾ ਜੀ ਅੰਮ੍ਰਿਤਸਰ ਤੋਂ, ਉਹ ਇੱਥੇ ਤਿਆਰ ਨਹੀਂ ਹੁੰਦਾ। ਮਤਲਬ ਇੱਥੇ ਸਾਰਾ ਟੂਰਿਸਟ ਪਲੇਸ ਹੈ, ਗੁਰਦੁਆਰਾ ਸਿੰਘ ਗੁਰਥਾਨ ਸਾਹਿਬ ਬਹੁਤ ਮਾਨਤਾ ਇਸ ਗੁਰਦੁਆਰੇ ਦੀ। ਅਤੇ ਇਹ ਗੁਰਦੁਆਰਾ ਕਿਹੜੇ ਕਿਹੜੇ ਸਮਿਆਂ 'ਤੇ ਜ਼ਿਆਦਾ ਭਰਦਾ? ਇੱਥੇ ਪੰਚਮੀ ਭਰਦੀ ਹੈ ਜੀ, ਜ਼ਿਆਦਾ ਤਾਂ ਹਰ ਮਹੀਨੇ ਪੰਚਮੀ ਭਰਦੀ ਹੈ। ਇੱਕ ਸਾਲ ਬਾਅਦ ਬਸੰਤ ਪੰਚਮੀ ਭਰਦੀ ਹੈ, ਜਿਸ ਲੱਖਾਂ ਲੋਕ ਆ ਕੇ ਇਸ਼ਨਾਨ ਕਰਦੇ ਆ, ਉਹਨਾਂ ਦੀ ਮੰਨਤ ਪੂਰੀ ਹੁੰਦੀ ਹੈ ਹਰ ਚੀਜ਼ ਦੀ, ਜੋ ਮੰਨਦੇ ਆ ਮੁਰਾਦਾ ਮਿਲਦੀ ਆ ਉਹਨਾਂ ਨੂੰ।